ਉਨ ਤੱਕ ਦੀਆਂ ਖਬਰ ਦੁਦਾਨ ਨੂੰ ਆਗਾ ਕਰਦੇ ਚੱਲਾਂ ਕਾਸ਼ ਚੰਗੇ ਕ੍ਰਿਕਟਰ ਦੇ ਨਾਲ ਸ਼ੋਰ ਤੇ ਪਿਓ ਵੀ ਹੁੰਦੇ ਸ਼ਾਮੀ ਦੇਅਲੀਆ ਦਾ ਕ੍ਰਿਕਟਰ ਦੀ ਪਰਫਾਰਮੈਂਸ ਤੇ ਰਦੇ ਅਮਲ 파ਰਟੀ ਕ੍ਰਿਕਟ ਟੀਮ ਦੇ ਸਟਾਰ ਬੋਲਰ ਮੁਹੰਮਦ ਸ਼ਾਮੀ ਦੇਅਲੀਆ ਹੁਸੈਨ ਜਾਨ ਨੇ ਆਪਣੇ ਸ਼ੋਰ ਦੀ ਵਰਲਡ ਕੱਪ 2023 ਚੰਦਾਰ ਕਾਰਗਰਕਦੀ ਤੇ ਰਦੇ ਅਮਲ ਦਿੰਦੇ ਹੋਇਆ ਕਿ ਕਾਸ਼ ਹੋ ਚੰਗੇ క్రికెਟਰ ਦੀ ਤਰ੍ਹਾਂ ਚੰਗੇ ਇਨਸਾਨ, ਚੋਰ ਤੇ ਪਿਓ ਵੀ ਹੁੰਦੇ। ਸ਼ਾਮੀ ਨੇ ਹੁਣ ਤੱਕ 1 ਡੇ ਤੇ ਵਰਲਡ ਕੱਪ ਵਿੱਚ 23 ਵਿਕਟਾਂ ਹਾਸਲ ਕੀਤੀਆਂ ਨੇ। ਉਹਨਾਂ ਦੀ ਤਬਾਕੋਂ ਬੋਲਿੰਗ ਨੇ ਇਸ ਇਵੈਂਟ ਵਿੱਚ ਟੀਮ ਇੰਡੀਆ ਨੂੰ ਕਈ ਮੈਚੇਜ਼ ਜਿੱਤਵਾਏ ਨੇ ਤੇ ਨਿਊਜ਼ੀਲੈਂਡ ਦੇ ਖਿਲਾਫ ਸੈਮੀਫਾਈਨਲ ਵਿੱਚ ਵੀ ਮੁਹੰਮਦ ਸ਼ਾਮੀ ਨੇ 57 ਰਨਸ ਬਣਾ ਕੇ 7 ਖਿਡਾਰੀਆਂ ਨੂੰ ਆਊਟ ਕੀਤਾ। ਇਸ حوالے ਤੋਂ ਭਾਰਤੀ ਮੀਡੀਆ ਨੇ ਸ਼ਾਮੀ ਦੇ ਅਲੀਆ হোসেন ਜਾਨ ਦਾ ਇੰਟਰਵਿਊ ਕੀਤਾ ਤੇ ਇਸ کارਕਰਦਗੀ ਤੇ ਉਹਨਾਂ ਦੀ ਰਾਏ ਲੈਣਾ ਚਾਹੀ। হোসেন ਜਾਨ ਨੇ ਇੰਟਰਵਿਊ ਵਿੱਚ ਕਿਹਾ ਕਿ ਜ਼ਾਹਿਰ ਹੈ ਖੁਸ਼ੀ ਤੇ ਹੋ ਰਹੀ ਹੈ ਕਿ ਭਾਰਤ ਫਾਈਨਲ ਵਿੱਚ ਪਹੁੰਚਿਆ ਹੁਣ ਉਮੀਦ ਹੈ ਤੇ ਅੱਲਾਹ ਤਾਲਾ ਤੋਂ ਦੁਆ ਹੈ ਕਿ ਵਰਲਡ ਕੱਪ ਸਾਡੇ ਮੁਲਕ ਦੇ ਨਾ ਰਵੇ ਆਪਣੇ ਸ਼ੋਰ ਤੋਂ ਮੁਤਲਕ ਸਵਾਲ ਤੇ ਉਹਨਾਂ ਨੇ ਕਿਹਾ ਕਿ ਕਦੀ ਕਦੀ ਦਿਲ ਵਿੱਚ ਗੱਲਾਂ ਆਂਦੀਆਂ ਨੇ ਕਿ ਉਹਨਾਂ ਨੂੰ ਕ੍ਰਿਕਟਰ ਦੀ ਤਰ੍ਹਾਂ ਚੰਗਾ ਇਨਸਾਨ ਵੀ ਹੋਣਾ ਚਾਹੀਦਾ ਸੀ